ਜੀਤਾ ਖਾਲਸਾ ਜੈ ਗੁਰਜੀਤ ਜੀ ਫਤਿਹ ਸਲਾਮ ਜੈ ਭੀਮ ਜੈ ਭਾਰਤ ਮੈਂ ਨੌਜਵਾਨ ਸਾਥੀਆਂ ਨੂੰ ਅਪੀਲ ਕਰਾਂਗਾ ਕਿਰਪਾ ਕਰਕੇ ਥੋੜ੍ਹਾ ਜਿਹਾ ਬੈਠਣ ਦੀ ਖੇਚਲ ਕਰੋ ਜੀ ਪਿਆਰ ਦੇ ਨਾਲ ਬੈਠੋ ਅਭੀ ਹਮਾਰੀ ਬਹਿਨ ਨੇ ਕੁਛ ਚੀਜ਼ੇ ਅਸੀਂ ਜ਼ਰੂਰੀ ਬਤਾਈ ਥੀ ਇੱਕ ਡੇਢ ਘੰਟਾ ਪਹਿਲੇ ਵੋ ਭਾਈ ਨੇ ਵੀ ਬਤਾਈ ਹੈ ਕਿ ਚਾਰੋ ਤਰਫ ਪੁਲਿਸ ਕਾ ਜੋ ਕਾਫੀ ਬੜੀ ਭੀੜ ਮੇ ਪੁਲਿਸ ਚਾਰੋ ਤਰਫ ਹੈ ਤੋ ਇਸਕੇ ਲੀਏ ਪੁਲਿਸ ਕੇ ਪਾਸ ਇੱਕ ਤਾਕਤ ਹੈ ਪੁਲਿਸ ਕੇ ਪਾਸ ਬੰਦੂਕ ਹੈ ਡੰਡਾ ਹੈ ਤੋ ਆਪਕੇ ਪਾਸ ਕੁਛ ਵੀ ਨਹੀਂ ਐਸਾ ਨਹੀਂ ਹੈ ਅਗਰ ਆਪਕੇ ਪਾਸ ਹੈ ਮੇਰੇ ਹਿਸਾਬ ਸੇ ਤੋ ਇੱਕ ਅੱਛਾ ਵਿਚਾਰ ਹੈ ਜੋ ਆਪ ਕਿਸੇ ਵੀ ਹਕੂਮਤ ਕਾ ਉਨਕੀ ਬੰਦੂਕ ਕਾ ਗੋਲੀ ਕਾ ਵਿਚਾਰੋਂ ਸੇ ਮੁਕਾਬਲਾ ਕਰ ਸਕਤੇ ਹੈ ਮੁਸਲਿਮ ਸਮਾਜ ਇਸ ਜੰਗ ਕੇ ਅੰਦਰ ਅਕੇਲਾ ਨਹੀਂ ਹੈ ਉਸਕੇ ਸਾਥ ਪੂਰੀ ਦੁਨੀਆ ਪੂਰਾ ਦੇਸ਼ ਆਪਕੇ ਸਾਥ ਹੈ ਆਪ ਅਕੇਲੇ ਨਹੀਂ ਹੋ ਜਿਸ ਪ੍ਰਾਂਤ ਸੇ ਮੈਂ ਆਇਆ ਹੂੰ ਮੇਰਾ ਪ੍ਰਾਂਤ ਪੰਜਾਬ ਹੈ ਭਾਈ ਸੁਣ ਲਓ ਬੱਚੇ ਜਿਹੜਾ ਸ਼ਾਂਤੀ ਸ਼ਾਂਤੀ ਜਿਹੜਾ ਸ਼ਾਂਤੀ ਉੱਥੋਂ ਪਿਆਰ ਸਾਹਿਬ ਆਵਾਜ਼ ਨਹੀਂ ਆਉਣੀ ਚਾਹੀਏ ਬਾਤ ਸੁਣੋ ਬਹੁਤ ਬਹੁਤ ਕੀਮਤੀ ਕਰਨੀ ਹੈ ਹਮਾਰੇ ਪ੍ਰਾਂਤ ਨੇ ਹਮਾਰਾ ਪੰਜਾਬ ਪ੍ਰਾਂਤ ਦਾ ਬਹਿਣੋ ਹਮਨੇ ਆਪਣਾ ਕਰਜ਼ਾ ਉਤਾਰ ਦਿਆ ਹੈ ਆਪ ਭਰੀ ਸਭਾ ਮੇ ਹਮਾਰੇ ਪ੍ਰਾਂਤ ਕੋ ਸ਼ਰਮਿੰਦਾ ਨਹੀਂ ਕਰ ਸਕਤੇ ਕਭੀ ਵੀ ਹਮਾਰੇ ਪੰਜਾਬ ਪ੍ਰਾਂਤ ਨੇ ਸਭ ਸੇ ਪਹਿਲੇ ਰੈਜੂਲੇਸ਼ਨ ਪਾਸ ਕੀਆ ਜੀ ਕਿ ਹਮਾਰੇ ਪੰਜਾਬ ਮੇ NRC ਔਰ CA ਲਾਗੂ ਨਹੀਂ ਹੋਗਾ ਕਭੀ ਵੀ ਨਹੀਂ ਹੋਗਾ ਕਿਉਂਕਿ ਪੰਜਾਬ ਮਾਇਨੋਰਟੀ ਲੋਕੋ ਕਾ ਪ੍ਰਾਂਤ ਹੈ ਹਮਾਰੇ 40-50 ਹਜ਼ਾਰ ਨੌਜਵਾਨ ਲੜਕੇ ਪਿਛਲੇ ਸਾਲੋਂ ਮੇ ਗੋਲੀਓ ਸੇ ਮਾਰੇ ਗਏ ਮੈਂ ਮਾਈਕ ਪਰ ਬੋਲ ਰਹਾ ਹੂੰ ਕੋਈ ਛੁਪਾ ਨਹੀਂ ਰਹਾ ਹਜ਼ਾਰੋਂ ਲੋਕੋ ਕੋ ਲਿਸਟ ਨਹੀਂ ਕੀਆ ਗਿਆ ਉਨਕੋ ਜਲਾ ਦਿਆ ਗਿਆ ਤੋ ਫਿਰ ਵੀ ਪੰਜਾਬ ਲੜਤਾ ਰਹਾ ਹੈ ਹਕੂਮਤ ਕਭੀ ਵੀ ਆਪਣੀ ਸ਼ਕਤੀ ਕਾ ਗਲਤ ਇਸਤੇਮਾਲ ਕਰ ਸਕਤੀ ਹੈ ਔਰ ਕਰਤੀ ਰਹਤੀ ਹੈ ਜਰਾ ਮੇਰੀ ਅਪੀਲ ਹੈ ਭਾਈਓ ਜਰਾ ਸ਼ਾਂਤੀ ਰੱਖੋ ਯਾਰ ਬੜੀ ਜ਼ਰੂਰੀ ਗੱਲ ਕਰਨੀ ਹੈ ਕਿਉਂਕਿ ਰਾਤ ਕਾ ਸਮਾਂ ਹੈ ਸਬਰ ਸੇ ਬਾਤ ਹੋਤੀ ਹੈ ਪੇਸ਼ੈਂਸ ਸੇ ਬਾਤ ਸੁਣੀ ਜਾਤੀ ਹੈ ਬੋਲੀ ਜਾਤੀ ਹੈ ਮੈਂ ਉਸ ਰਹਿਬਰ ਕਾ ਚੇਲਾ ਹੂੰ ਜਿਸਨੇ ਸਾਰੀ ਜ਼ਿੰਦਗੀ ਮੁਸਲਿਮ ਦਲਿਤ ਸਿੱਖ ਈਸਾਈ ਬੋਧੀ ਕੋ ਇਕੱਠਾ ਕਰਨੇ ਮੇ ਲਗਾ ਦੀ ਮੇਰਾ ਗੁਰੂ ਥਾ ਰਹਿਬਰ ਥਾ ਸਾਹਿਬ ਕਾਸ਼ੀ ਰਾਮ ਜੀ ਉਹਨੇ ਪੂਰੀ ਜ਼ਿੰਦਗੀ ਆਪਣੀ ਲਗਾਈ ਹੈ ਕਿ ਸਮਾਜ ਕੋ ਇਕੱਠਾ ਕਰਨਾ ਹੈ ਆਜ ਜੋ ਕੇਂਦਰ ਕੀ ਹਕੂਮਤ ਹੈ ਆਪ ਸੱਚ ਜਾਣਾ ਇਹ ਬਾਤੇ ਹਮਾਰੇ ਕੋ 25-30 ਸਾਲ ਪਹਿਲੇ ਮਾਲੂਮ ਥੀ ਆਪ ਸੋਚੋਗੇ ਪਤਾ ਨਹੀਂ ਮਾਈਕ ਪਰ ਆਕਰ ਨੰਬਰ ਬਣਾ ਰਹੇ ਹੋ ਨਹੀਂ ਜੋ ਲੋਕ ਦੂਰ ਅੰਦੇਸ਼ੀ ਹੋਤੇ ਹੈ ਉਹ ਅਗਲਾ 30-40 ਸਾਲ ਕਾ ਕਾਰਜਕ੍ਰਮ ਬਣਾ ਲੇਤੇ ਹੈ RSS ਕਾ ਜੋ ਏਜੰਡਾ ਹੈ ਇਹ NRC ਕੋ ਆਪਨੇ ਬੜੀ ਬਰੀਕੀ ਸੇ ਸਮਝ ਲਿਆ ਹੈ ਅਗਰ ਆਪ ਬਰੀਕੀ ਸੇ CA NRC ਕੋ ਨਾ ਸਮਝਤੇ ਤੋ ਸ਼ਾਇਦ ਆਪਕਾ ਗਲਾ ਕਟ ਜਾਤਾ ਤੋ ਬਾਅਦ ਮੇ ਜੁੜਨਾ ਨਹੀਂ ਥਾ ਗਲਾ ਫਿਰ ਵੀ ਵੋ ਕਾਟਨੇ ਕੇ ਲੀਏ ਤਿਆਰ ਹੈ ਆਪਨੇ ਆਪਣੇ ਤਜਰਬੇ ਕੇ ਆਧਾਰ ਪਰ ਧਰਮ ਕੇ ਆਧਾਰ ਪਰ ਸ਼ਿਕਸ਼ਾ ਕੇ ਆਧਾਰ ਪਰ ਆਪਨੇ ਆਪਣਾ ਗਲਾ ਕਟਾਨੇ ਸੇ ਬਚਾ ਲਿਆ ਹੈ ਮੈਂ ਸੱਚ ਕਹਿ ਰਹਾ ਹੂੰ ਜੀ ਪੰਜਾਬ ਮੇ ਹਮਾਰਾ ਗਲਾ ਕਟਾ ਹੈ ਹਮੇ ਮਾਲੂਮ ਹੈ ਹਮਾਰਾ ਜਬ ਗਲਾ ਕਟਾ ਹੈ ਪੰਜਾਬ ਕੇ ਅੰਦਰ ਸਿੱਖੋਂ ਕਾ ਤੋ ਹਮੇ ਮਾਲੂਮ ਹੈ ਆਪ ਲੋਕ ਦਿੱਲੀ ਮੇ ਰਹਿ ਰਹੇ ਹੋ ਆਪਨੇ 84 ਸਨ ਦੇਖਾ ਹੈ
कहीं भी पंजाबी में बोर्ड था दुकान का तो उसको जला दिया गया, तहस नहस कर दिया। बंगाल के अंदर मुस्लिम आबादी ज्यादा है, बंगाल में पश्चिमी बंगाल में मुसलमानों की वजह से सिखों का कत्ले आम नहीं हुआ, ये रिकॉर्ड की बात है। और जहां जहां पर हमारा 84 में कत्ले आम हुआ उसके पीछे हमारी एक कमी थी कि हम भाईचारा नहीं बना सके। भाईचारा बनाना बहुत जरूरी है, अगर आपका भाईचारा नहीं होगा